ਤੇ ਪੁਣੇ ਵਿੱਚ ਚੱਲ ਰਹੀਆਂ ਖੇਲੋ ਇੰਡੀਆ ਯੂਥ ਗੇਮਸ 2019 ਵਿੱਚ ਪੰਜਾਬ ਦੇ ਖਿਡਾਰੀਆਂ ਦਾ ਬਿਹਤਰ ਪ੍ਰਦਰਸ਼ਨ ਰਿਹਾ। ਜ਼ਿਕਰਯੋਗ ਹੈ ਕਿ ਇੱਥੇ ਗੁਰਦਾਸਪੁਰ ਦੇ ਮੁੰਡਿਆਂ ਨੇ ਜੂਡੋ ਵਿੱਚ 3 ਸੋਨ ਤਮਗੇ ਅਤੇ 2 ਚਾਂਦੀ ਦੇ ਤਮਗੇ ਹਾਸਲ ਕੀਤੇ। ਉਧਰ ਦਿੱਲੀ ਵਿੱਚ ਚੱਲ ਰਹੀ 64ਵੀਂ ਨੈਸ਼ਨਲ ਸਕੂਲ ਗੇਮਸ ਵਿੱਚ ਗੁਰਦਾਸਪੁਰ ਦੀਆਂ ਖਿਡਾਰਨਾਂ ਨੇ ਵੀ ਮੱਲਾਂ ਮਾਰੀਆਂ ਹਨ। ਇਹਨਾਂ ਖਿਡਾਰਨਾਂ ਵੱਲੋਂ ਜੂਡੋ ਮੁਕਾਬਲੇ ਵਿੱਚ 2 ਸੋਨ ਤਮਗੇ ਅਤੇ 8 ਚਾਂਦੀ ਦੇ ਤਮਗੇ ਜਿੱਤੇ ਗਏ ਹਨ। ਜੇਡੂ ਖਿਡਾਰੀਆਂ ਦਾ ਗੁਰਦਾਸਪੁਰ ਜੂਡੋ ਸੈਂਟਰ ਵਿਖੇ ਪਹੁੰਚਣ ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਖਿਡਾਰੀਆਂ ਨੇ ਜਿੱਥੇ ਖੁਸ਼ੀ ਜ਼ਾਹਰ ਕੀਤੀ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸੂਬਾ ਸਰਕਾਰ ਉਹਨਾਂ ਦੀ ਮਦਦ ਕਰੇ ਤਾਂ ਸੂਬੇ ਦੇ ਖਿਡਾਰੀ ਹੋਰ ਵੀ ਉੱਚੀਆਂ ਬੁਲੰਦੀਆਂ ਨੂੰ ਛੂ ਸਕਦੇ ਹਨ। ਅੱਜ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਹੈ ਉਸ 'ਤੇ ਖਿਡਾਰੀਆਂ ਨੇ ਚਾਹੇ ਉਹ ਖੇਲੋ ਇੰਡੀਆ ਜਿਹੜੀ ਪੂਨੇ ਚੱਲ ਰਹੀ ਹੈ ਉਹਦੇ ਵਿੱਚੋਂ ਮੈਡਲ ਜਿੱਤੇ ਨੇ ਜਾਂ ਦਿੱਲੀ ਤੋਂ ਮੈਡਲ ਜਿੱਤੇ ਨੇ ਜਾਂ ਰਾਂਚੀ ਤੋਂ ਮੈਡਲ ਜਿੱਤੇ ਨੇ ਉਹ ਜਿੰਨੇ ਵੀ ਖਿਡਾਰੀਆਂ ਨੇ ਮੈਡਲ ਜਿੱਤੇ ਹੈ ਉਹਨਾਂ ਨੂੰ ਅਜੇ ਜੂਡੋ ਟ੍ਰੇਨਿੰਗ ਸੈਂਟਰ ਪਹੁੰਚਣ 'ਤੇ ਅਸੀਂ ਸਮੂਹਕ ਸਕੂਲ ਵੱਲੋਂ ਅਤੇ ਸੈਂਟਰ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਜਿੱਥੇ ਮੈਨੂੰ ਇਹ ਦੱਸਦੇ ਖੁਸ਼ੀ ਹੁੰਦੀ ਹੈ ਕਿ ਜਿਹੜੀਆਂ ਖੇਲੋ ਇੰਡੀਆ ਪੂਨੇ ਚੱਲ ਰਹੀਆਂ ਨੇ ਉਹਦੇ ਵਿੱਚ ਇੰਡੀਆ ਦੀ ਜਿਹੜੀ ਪੰਜਾਬ ਦੀ ਟੀਮ ਜਿਹੜੀ ਉਹ ਦੂਜੇ ਨੰਬਰ 'ਤੇ ਆਈ ਹੈ ਇੰਡੀਆ ਦੇ ਵਿੱਚੋਂ ਉਹਦੇ ਸਾਰੇ ਦੇ ਸਾਰੇ ਖਿਡਾਰੀ ਜਿਹੜੇ ਸੀ ਉਹ ਗੁਰਦਾਸਪੁਰ ਦੇ ਸੀ ਉਹਨਾਂ 'ਚੋਂ 2 ਗੋਲਡ 2 ਸਿਲਵਰ ਅੰਡਰ 70 ਜਿੱਤੇ ਹੈ ਅਤੇ 1 ਗੋਲਡ ਜਿਹੜਾ ਅੰਡਰ 21 ਦੇ ਵਿੱਚ ਜਿੱਤਿਆ। ਇਸੇ ਤਰ੍ਹਾਂ ਜਿਹੜੀ ਟੀਮ ਸਾਡੀ ਦਿੱਲੀ 'ਚ ਸੈਕਿੰਡ ਆਈ ਹੈ ਉਹਦੇ ਵਿੱਚੋਂ ਮਨਪ੍ਰੀਤ ਨੇ ਅਤੇ ਨਿਖਲ ਨੇ ਦੋਨਾਂ ਲੜਕਿਆਂ ਨੇ ਗੋਲਡ ਮੈਡਲ ਜਿੱਤ ਕੇ ਪੰਜਾਬ ਦਾ ਜਿਹੜਾ ਨਾਂ ਉਹ ਰੋਸ਼ਨ ਕੀਤਾ ਕਿ ਪੰਜਾਬੀ ਟੀਮ ਨੂੰ ਸੈਕਿੰਡ ਟਰੋਫੀ ਡਵਾਈ। ਇਸੇ ਤਰ੍ਹਾਂ ਕਰਾਸ਼ ਦੇ ਜੂਡੋ ਦੇ ਵਿੱਚ ਅੰਡਰ 19 ਦੇ ਵਿੱਚ ਵੀ ਅਤੇ ਲੜਕੀਆਂ ਦੇ ਵਿੱਚ ਅੰਡਰ 17 ਦੇ ਵਿੱਚ ਸਾਡੀਆਂ ਟੀਮਾਂ ਜਿਹੜੀਆਂ ਉਹ ਮੈਡਲ ਅਤੇ ਟਰੋਫੀਆਂ ਜਿੱਤ ਕੇ ਆਈਆਂ ਨੇ। ਅੱਜ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਪ੍ਰਨਪ੍ਰੀਤ ਕੌਰ ਮੇਰਾ ਨਾਮ ਆ। 64th ਨੈਸ਼ਨਲ ਸਕੂਲ ਗੇਮਸ ਖੇਡ ਕੇ ਆਇਆ ਆਪਾਂ ਦਿੱਲੀ, ਉਹਦੇ ਵਿੱਚ ਮੇਰਾ ਬ੍ਰੋਂਜ਼ ਮੈਡਲ ਰਿਹਾ। ਪਹਿਲੀ ਫਾਈਟ ਤਾਂ ਮੇਰੀ ਜੰਮੂ ਐਂਡ ਕਸ਼ਮੀਰ ਨਾਲ ਸੀ, ਉੱਥੋਂ ਮੈਂ ਜਿੱਤ ਗਈ। ਫਿਰ ਮੇਰੀ ਗੁਜਰਾਤ ਨਾਲ ਸੀ, ਉਹਦੇ ਕੋਲੋਂ ਵੀ ਮੈਂ ਜਿੱਤ ਗਈ। ਫਿਰ ਦਿੱਲੀ ਨਾਲ ਮੇਰੀ ਫਾਈਟ ਸੀ, ਉਹ ਮੈਂ ਹਾਰ ਗਈ। ਫੋਰਥ ਫਾਈਟ ਮੇਰੀ ਹੋਈ ਬ੍ਰੋਂਜ਼ ਮੈਡਲ ਲਈ ਰਾਜਸਥਾਨ ਨਾਲ, ਮੈਂ ਉੱਥੋਂ ਜਿੱਤ ਗਈ, ਮੇਰਾ ਬ੍ਰੋਂਜ਼ ਮੈਡਲ ਆਇਆ।